एवरीवन, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ ਪੰਜਾਬੀ ਪੁਸਤਕ ਪਹਿਲੀ ਭਾਸ਼ਾ ਤੇ ਉਹਦਾ 8ਵਾਂ ਪਾਠ, ਜੋ ਕਿ ਹੈਗਾ ਬਚਿੱਤਰ ਸਿੰਘ ਦੀ ਬਹਾਦਰੀ। ਤੇ ਅੱਜ ਇਸ ਕਵਿਤਾ ਨੂੰ ਪੜਾਂਗੇ, ਔਖੇ ਸ਼ਬਦਾਂ ਨੂੰ ਸਮਝਾਂਗੇ ਤੇ ਫਿਰ ਪਾਠ ਅਭਿਆਸ ਕਰਾਂਗੇ। ਸ਼ੁਰੂ ਕਰਦੇ ਹਾਂ। ਸੰਗਤ ਜੁੜੀ ਨਿਤ ਵਾਂਗਰਾ ਅੱਜ ਗੁਰਦੁਆਰੇ, ਦਸਮ ਪਿਤਾ ਦੇ ਸੰਗ ਸਨ ਬੈਠੇ ਇਉਂ ਸਾਰੇ। ਵੀ ਅੱਜ ਸਾਰੀ ਦੀ ਸਾਰੀ ਸੰਗਤ ਹੈਗੇ ਆ, ਲੋਕ ਜਿਹੜੇ ਹੈਗੇ ਨੇ ਉਹ ਗੁਰਦੁਆਰੇ ਦੇ ਵਿੱਚ ਇਕੱਠੇ ਹੋਏ ਨੇ ਰੱਬ ਨੂੰ ਯਾਦ ਕਰਨ ਲਈ, ਰੱਬ ਦਾ ਨਾਂ ਲੈਣ ਦੇ ਲਈ। ਜਿਉਂ ਚੰਦ ਦੁਆਲੇ ਸੋਭਦੇ ਨੇ ਰਾਤੀ ਤਾਰੇ, ਆ ਕੇ ਸੂਈਏ ਸਿੰਘ ਨੇ ਮੁੱਖ ਫਰਮਾਇਆ। ਹੁਣ ਇੱਥੇ ਦੱਸਿਆ ਗਿਆ ਜਿਵੇਂ ਚੰਦ ਦੁਆਲੇ ਸੋਭਦੇ, ਸੋਭਦੇ ਦਾ ਮਤਲਬ ਸੋਹਣੇ ਲੱਗਦੇ ਨੇ, ਚਮਕਦੇ ਨੇ ਜਿਵੇਂ ਰਾਤ ਨੂੰ ਤਾਰੇ ਚੰਦ ਦੇ ਆਲੇ ਦੁਆਲੇ। ਆ ਕੇ ਸੂਈਏ ਸਿੰਘ ਨੇ ਮੁੱਖੋਂ ਫਰਮਾਇਆ, ਵੀ ਜਿਹੜੇ ਸੂਈਏ ਸਿੰਘ ਸੀ ਉਹਨਾਂ ਨੇ ਆ ਕੇ ਮੂੰਹ ਦੇ ਵਿੱਚੋਂ ਫਰਮਾਇਆ, ਕਹਿਣ ਦਾ ਮਤਲਬ ਆਖਿਆ, ਠੀਕ ਹੈ, ਕਿਹਾ। ਹੁਣ ਹੁਣੇ ਪਹਾੜੀ ਰਾਜਿਆ ਇੱਕ ਮਤਾ ਪਕਾਇਆ, ਇੱਕ ਹਾਥੀ ਰਾਜਾ ਕੇਸਰੀ ਹੈ ਕਿਤੋਂ ਲਿਆਇਆ। ਤੇ ਉਹ ਕਹਿੰਦੇ ਵੀ ਹੁਣੇ ਪਹਾੜੀ ਜਿਹੜੇ ਰਾਜੇ ਹੈਗੇ ਨੇ ਉਹਨਾਂ ਨੇ ਇੱਕ ਮਤਾ ਪਕਾਇਆ, ਕੀ ਪਕਾਇਆ, ਵੀ ਇੱਕ ਹਾਥੀ ਰਾਜਾ ਜਿਹਦਾ ਨਾਂ ਹੈ ਕੇਸਰੀ, ਉਹ ਕਿਤੋਂ ਲੈ ਕੇ ਆਏ ਨੇ, ਕਿਥੋਂ ਲੋਗੜ ਢਾਉਣ ਵਾਸਤੇ ਉਹਨਾਂ ਕਰੀ ਤਿਆਰੀ, ਸਿਰ ਹਾਥੀ ਦੇ ਬੰਨ ਕੇ ਲੋ ਤਵੇ ਤੋਂ ਭਾਰੀ। ਵੀ ਉਹਨਾਂ ਨੇ ਲੋਗੜ ਨੂੰ ਢਾਣ ਦੀ, ਖਤਮ ਕਰਨ ਦੀ ਤਿਆਰੀ ਕੀਤੀ ਹੋਈ ਹੈ, ਤੇ ਹਾਥੀ ਦੇ ਸਿਰ ਤੇ ਬੰਨੇ ਹੋਏ ਨੇ ਲੋ ਤਵੇ, ਮਤਲਬ ਲੋਹੇ ਦੇ ਬਣੇ ਭਾਰੀ ਭਾਰੀ ਜਿਹੜੇ ਤਵੇ ਹੁੰਦੇ ਨੇ ਉਹ ਬੰਨੇ ਹੋਏ ਨੇ ਹਾਥੀ ਦੇ ਸਿਰ ਦੇ ਉੱਤੇ। ਉਹਦੀ ਸੁਣ ਦੇ ਨਾਲ ਹੈ ਬੰਦੀ ਦੀ ਤਲਵਾਰ ਦੋ ਧਾਰੀ, ਤੇ ਸੁਣ ਦੇ ਨਾਲ ਉਹਦੇ ਮਤਲਬ ਟਰੰਕ ਦੇ ਨਾਲ ਬੰਨੀ ਹੋਈ ਹੈ ਤਲਵਾਰ ਦੋ ਧਾਰੀ, ਮਤਲਬ ਐਂਡ ਜੋ ਕੱਟ ਦੇ ਦੋ ਧਾਰ ਵਾਲੀ। ਅੱਗੇ ਮਸਤ ਕਰਨ ਲਈ ਉਸਨੂੰ ਹੈ ਸੁਰਾ ਪਿਆਈ, ਕੱਲ ਨੂੰ ਇੱਧਰ ਆਵਣਾ ਉਸ ਕਰਕੇ ਤਾਈ। ਤੇ ਉਹਨੂੰ ਮਸਤ ਕਰਨ ਲਈ ਮਤਲਬ ਆਪਣੇ ਆਪੇ ਤੋਂ ਬਾਹਰ ਕਰਨ ਦੇ ਲਈ ਉਸਨੂੰ ਸੁਰਾ ਪਿਆਈ ਹੈ, ਸੁਰਾ ਮਤਲਬ ਸ਼ਰਾਬ ਪਿਆਈ ਹੋਈ ਹੈ ਹਾਥੀ ਨੂੰ, ਕਿਉਂਕਿ ਕੱਲ ਨੂੰ ਉਹਨੂੰ ਹਾਥੀ ਨੂੰ ਇੱਧਰ ਲੈ ਕੇ ਆਉਣਾ ਹੈ ਉਸ ਕਰਕੇ ਤਾਈ। ਤਾਈ ਦਾ ਮਤਲਬ ਇਸ ਕਰਕੇ ਉਹਨੂੰ ਚੜਾਈ ਹੋਈ ਹੈ ਸ਼ਰਾਬ। ਅੱਗੇ ਏਦਾਂ ਕਹਿ ਕੇ ਸਿੰਘ ਨੇ ਸੀ ਗੱਲ ਮੁਕਾਈ, ਤੇ ਏਦਾਂ ਗੱਲ ਕਰਕੇ ਸਿੰਘ ਨੇ ਜਿਹਨੇ ਗੱਲ ਕਰਨੀ ਸ਼ੁਰੂ ਕੀਤੀ ਸੀ ਉਹਨਾਂ ਨੇ ਗੱਲ ਜਿਹੜੀ ਹੈ ਮੁਕਾ ਦਿੱਤੀ। ਸੁਣ ਕੇ ਸਾਰੀ ਵਾਰਤਾ ਸਤਿਗੁਰ ਮੁਸਕੁਰਾਏ, ਦੁਨੀ ਚੰਦ ਵੱਲ ਵੇਖ ਕੇ ਮੁੱਖੋਂ ਫਰਮਾਏ। ਹੁਣ ਸੁਣ ਕੇ ਸੇਰੀ ਸਾਰੀ ਦੀ ਸਾਰੀ ਜਿਹੜੀ ਵਾਰਤਾ ਸੀ ਮਤਲਬ ਕਹਾਣੀ ਸੀ, ਜਿਹੜੇ ਸਤਿਗੁਰ ਸੀ ਉਹ ਮੁਸਕੁਰਾਏ, ਯਾਨੀ ਉਹ ਹੱਸੇ, ਤੇ ਉਸ ਤੋਂ ਬਾਅਦ ਉਹਨਾਂ ਨੇ ਦੁਨੀ ਚੰਦ ਵੱਲ ਦੇਖ ਕੇ ਮੂੰਹ ਦੇ ਵਿੱਚੋਂ ਕੁਛ ਫਰਮਾਇਆ, ਮੂੰਹ ਦੇ ਵਿੱਚੋਂ ਕੁਛ ਬੋਲਿਆ। ਉਹ ਕੀ ਬੋਲਿਆ? ਆਉਂਦੇ ਹਾਥੀ ਮਸਤਿਆ, ਜੀ ਸਦ ਕੇ ਆਏ। ਵੀ ਉਹ ਮਸਤਿਆ ਹੋਇਆ ਹਾਥੀ ਜਿਹੜਾ ਜੀ ਸਦ ਕੇ ਆਏ, ਕੋਈ ਗੱਲ ਨੀ। ਇਹ ਗੱਲ ਸੁਣ ਕੇ ਦੁਨੀ ਚੰਦ ਡਾਢਾ ਘਬਰਾਇਆ, ਤੇ ਇਹ ਗੱਲ ਸੁਣ ਕੇ ਜਿਹੜੇ ਦੁਨੀ ਚੰਦ ਸੀ, ਠੀਕ ਹੈ, ਉਹ ਬਹੁਤ ਜ਼ਿਆਦਾ ਡਾਢਾ ਮਤਲਬ ਬਹੁਤ ਜ਼ਿਆਦਾ ਹੀ ਉਹ ਘਬਰਾ ਗਏ, ਡਰ ਗਏ। ਸੋਚਣ ਲੱਗਾ ਕਿਸਮਤੇ ਕਿੱਥੇ ਮਰਵਾਇਆ, ਹਾਏ ਉਹ ਸੋਚਣ ਲੱਗਾ ਕਿਸਮਤੇ ਕਿੱਥੇ ਮਰਵਾਤਾ, ਵੀ ਹਾਥੀ ਥੱਲੇ ਆ ਕੇ ਮਰਨ ਦੀ ਇੱਥੇ ਨੌਬਤ ਆ ਗਈ ਹੁਣ। ਐਡੀ ਵੱਡੀ ਡੀਲ ਡੋਲ, ਦਿਲ ਛੋਟਾ ਪਾਇਆ, ਤੇ ਉਹਦੀ ਡੀਲ ਡੋਲ ਸਰੀਰ ਕਾਫੀ ਵੱਡਾ ਸੀ ਪਰ ਦਿਲ ਉਹਦਾ ਜਿਹੜਾ ਦੁਨੀ ਚੰਦ ਸੀ ਛੋਟਾ ਜਿਹਾ ਸੀ, ਘਬਰਾਉਣ ਵਾਲਾ ਸੀ। ਇੱਕ ਸਿੱਖ ਨੇ ਦੱਸਿਆ ਆਣ ਕੇ ਦੂਜੇ ਦਿਨ ਤੜਕੇ, ਹਰਨ ਹੋ ਗਿਆ ਦੁਨੀ ਚਰਨ, ਕੰਧ ਉੱਤੋਂ ਚੜ ਕੇ ਲੱਤ
ਟੁੱਟੀ ਕੰਧ ਟੱਪਦਿਆਂ ਮਰਿਆ ਸੱਪ ਲੜ ਕੇ। ਤੇ ਫਿਰ ਉਸ ਤੋਂ ਬਾਅਦ ਇੱਕ ਸਿੱਖ ਨੇ ਸਵੇਰੇ ਸਵੇਰੇ ਸਾਜਰੇ ਆ ਕੇ ਦੱਸਿਆ ਦੂਣੀ ਚੰਡ ਦੀ ਕਹਾਣੀ ਵੀ ਹਰਨ ਹੋ ਗਿਆ। ਕਹਿਣ ਦਾ ਮਤਲਬ, ਵੈਸੇ ਜੇ ਆਪਾਂ ਦੇਖੀਏ ਹਰਨ ਹੋ ਗਿਆ ਦਾ ਮਤਲਬ ਹੁੰਦਾ ਹੈ ਜਦ ਕੋਈ ਬੰਦਾ ਦੌੜ ਜਾਂਦਾ ਹੈ, ਭੱਜ ਜਾਂਦਾ ਹੈ, ਜਿਵੇਂ ਉਹ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ ਬੰਦਾ ਜਿਹੜਾ ਸੀ, ਠੀਕ ਹੈ, ਦੁਨੀ ਚੰਦ ਵੀ ਉਹ ਜਦ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ ਕੰਧ ਉੱਤੇ ਚੜ੍ਹ ਕੇ, ਉਹਨੇ ਜਿਹੜੀ ਆਪਣੀ ਲੱਤ ਹੈਗੀ ਉਹ ਟੱਪਦਿਆਂ ਹੋਇਆ ਲੱਤ ਤੁੜਵਾ ਲਈ ਤੇ ਨਾਲ ਦੀ ਨਾਲ ਸੱਪ ਉਹਨੂੰ ਲੜ ਗਿਆ। ਅੱਗੇ ਹੱਸ ਕੇ ਬੋਲੇ ਸਤਿਗੁਰੂ ਤੱਕ ਚਾਰ ਚੁਫੇਰਾ, ਹਾਥੀ ਵਿੱਚ ਸਰੀਰ ਦੇ ਹੈ ਜ਼ੋਰ ਬਥੇਰਾ। ਤੇ ਫਿਰ ਉਸ ਤੋਂ ਬਾਅਦ ਸਤਿਗੁਰੂ ਜੀ ਚਾਰੇ ਪਾਸੇ ਚਾਰ ਚੁਫੇਰਾ ਯਾਨੀ ਆਲੇ ਦੁਆਲੇ ਦੇਖ ਕੇ ਫਿਰ ਬੋਲੇ ਵੀ ਹਾਥੀ ਵਿੱਚ ਸਰੀਰ ਦੇ ਉਹਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਹੈਗਾ, ਤਾਕਤ ਹੈਗੀ ਆ, ਸ਼ੇਰ ਨਾਲੋਂ ਪ੍ਰਕਟ ਹੈ ਉਹਦੇ ਵਿੱਚ ਜੇਰਾ। ਬੇਸ਼ੱਕ ਤਾਕਤ ਹੈਗੀ ਹੈ ਪਰ ਜੇ ਆਪਾਂ ਗੱਲ ਕਰੀਏ ਸ਼ੇਰ ਦੀ ਤੇ ਹਾਥੀ ਦੀ ਤਾਂ ਜਿਹੜਾ ਹਾਥੀ ਹੈਗਾ ਜਿਹੜਾ ਸਾਨੂੰ ਕੱਟਣ ਲਈ ਜਾਂ ਸਾਨੂੰ ਮਾਰਨ ਲਈ ਭੇਜਿਆ ਜਾ ਰਿਹਾ ਉਹਦੇ ਵਿੱਚ ਘੱਟ ਜੇਰਾ ਹੈਗਾ ਯਾਨੀ ਹਿੰਮਤ ਘੱਟ ਹੈ, ਹੌਸਲਾ ਘੱਟ ਹੈ, ਧੀਰਜ ਘੱਟ ਹੈ ਸ਼ੇਰ, ਜਿਵੇਂ ਪੰਜਾਬੀਆਂ ਨੂੰ ਸ਼ੇਰ ਕਿਹਾ ਜਾਂਦਾ ਹੈ ਉਹਨਾਂ ਨਾਲੋਂ। ਫਿਰ ਕਿਹਾ ਬਚਿੱਤਰ ਸਿੰਘ ਨੂੰ, ਸੁਣ ਦੁਲਿਆ ਸ਼ੇਰਾ ਹਾਥੀ ਕਰੂ ਮੁਕਾਬਲਾ, ਕੀ ਸਿੰਘਾ ਤੇਰਾ। ਫਿਰ ਉਸ ਤੋਂ ਬਾਅਦ ਬਚਿੱਤਰ ਸਿੰਘ ਨੂੰ ਬੋਲਿਆ ਵੀ ਸੁਣ ਸ਼ੇਰਾ ਹਾਥੀ ਤੇਰਾ ਕੀ ਮੁਕਾਬਲਾ ਕਰੂ, ਤੂੰ ਤਾਂ ਸਿੰਘ ਆ, ਦਸਾਂ ਹਾਥੀ ਲਈ ਵੀ ਤੂੰ ਸ਼ੇਰ ਬਥੇਰਾ, ਵੀ ਤੇਰੇ ਸਾਹਮਣੇ ਜੇ 10 ਹਾਥੀ ਆ ਜਾਣ ਤੂੰ ਕੱਲਾ ਹੀ ਸ਼ੇਰ ਉਹਨਾਂ ਸਾਹਮਣੇ, ਬਥੇਰਾ ਹੈ ਕੱਲਾ ਬਹੁਤ ਹੈ। ਸੁਣ ਕੇ ਸਿੰਘ ਨੇ ਕੋੜੇ ਤੇ ਕਾਠੀ ਜਾ ਪਾਈ, ਉਹਨੇ ਕੋੜੇ ਤੇ ਉਸ ਤੋਂ ਬਾਅਦ ਜਾ ਕੇ ਛਲਾਂਗ ਮਾਰ ਦਿੱਤੀ ਕੋੜੇ ਤੇ ਜਾ ਕੇ ਬੰਦੇ ਨੇ ਇਹ ਸੁਣ ਕੇ। ਫਿਰ ਉਸ ਤੋਂ ਬਾਅਦ ਲੋਹਗੜ ਦੇ ਵੱਲ ਉਸਨੇ ਝੱਟ ਘੜੀ ਚੜਾਈ ਤੇ ਫਿਰ ਉਸਨੇ ਲੋਹਗੜ ਵੱਲ ਨੂੰ ਜਾ ਕੇ ਘੋੜੇ ਤੇ ਚੜਾਈ ਕਰਨੀ ਸ਼ੁਰੂ ਕਰ ਦਿੱਤੀ, ਉਧਰਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਉਹ ਹਾਥੀ ਨੇ ਐਕਚੁਅਲੀ ਆਣਾ ਸੀ, ਇਹੀ ਹੋਇਆ ਸੀ ਨਾ ਫੈਸਲਾ। ਅੱਗੇ ਪੁੱਜਿਆ ਕਿਲੇ ਦੇ ਸਾਹਮਣੇ, ਉਸ ਦੇਰ ਨਾ ਲਾਈ ਤੇ ਫਟਾਫਟ ਜਾ ਕੇ ਉਹ ਕਿਲੇ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਬਿਲਕੁਲ ਦੇਰ ਨਹੀਂ ਲਾਈ, ਬਿਲਕੁਲ ਹਿੰਮਤ ਕਰਕੇ ਗਿਆ ਸੀ। ਮਸਤਿਆ ਹਾਥੀ ਆ ਰਿਹਾ ਸੀ ਵਾਂਗ ਹਨੇਰੀ ਤੇ, ਉਹ ਮਸਤਿਆ ਹਾਥੀ ਕਹਿਣ ਦਾ ਮਤਲਬ ਜਿਹਨੇ ਸ਼ਰਾਬ ਪੀਤੀ ਹੋਈ ਸੀ, ਉਹ ਹਨੇਰੀ ਵਾਂਗ ਦੌੜਦਾ ਹੋਇਆ ਬੇਕਾਬੂ ਹੁੰਦਾ ਹੋਇਆ ਆ ਰਿਹਾ ਸੀ। ਪਿੱਛੋਂ ਫੌਜਾਂ ਉਸਨੂੰ ਜਾਵਣ ਸ਼ਿਸ਼ਕੇਰੀ ਤੇ, ਪਿੱਛੋਂ ਉਸਨੂੰ ਜਿਹੜੀਆਂ ਫੌਜਾਂ ਨੇ ਉਹ ਸ਼ਿਸ਼ਕੇਰੀ ਕਰ ਰਹੀਆਂ ਸੀ ਮੂੰਹ ਦੀ ਆਵਾਜ਼ ਨਾਲ, ਜਿਵੇਂ ਡਰਾਉਂਦੇ ਨੇ ਨਾ ਵੀ ਭੱਜ ਭੱਜ ਭੱਜ, ਹੱਲਾ ਸ਼ੇਰੀ ਦਿੰਦੇ ਨੇ ਕਿ ਮਗਰ ਮਗਰ ਪਾਉਣ ਦੇ ਲਈ, ਉਹ ਉਦਾਂ ਕਰ ਰਹੀਆਂ ਸੀ ਫੌਜਾਂ ਉਹਨੂੰ। ਅੱਗੇ ਸਿੰਘ ਬਚਿੱਤਰ ਗਰਜਿਆ ਨਾ ਲਾਈ ਦੇਰੀ ਤੇ, ਬਚਿੱਤਰ ਸਿੰਘ ਗਰਜ ਗਿਆ ਜਿਵੇਂ ਮੈਂ ਕਰਕੇ ਦਿਖਾਵਾਂਗਾ ਜਿਵੇਂ ਹੁੰਦਾ, ਵਧੀਆ ਹਾਥੀ ਵੱਲ ਨੂੰ ਯੋਧਾ ਬਲਕਾਰੀ ਤੇ ਉਹ ਵੱਧ ਗਿਆ ਅੱਗੇ ਨੂੰ, ਮਤਲਬ ਹਿੰਮਤ ਇਕੱਠੀ ਕਰਕੇ ਉਹ ਪਹਿਲਾਂ ਹੀ ਹਿੰਮਤ ਨਾਲ ਗਿਆ ਸੀ ਤੇ ਉਹ ਅੱਗੇ ਵੱਲ ਨੂੰ ਚਲਾ ਗਿਆ ਹਾਥੀ ਵੱਲ ਨੂੰ ਯੋਧਾ ਬਲਕਾਰੀ। ਬਲਕਾਰੀ ਦਾ ਮਤਲਬ ਹੁੰਦਾ ਜਿਹੜਾ ਤਾਕਤਵਰ ਹੁੰਦਾ। ਤੂੰ ਨਾਗਣੀ ਉਸਨੇ ਹਾਥੀ ਦੇ ਦੇ ਮਾਰੀ, ਅੱਗੇ ਗਈ ਤਵੇ ਨੂੰ ਚੀਰਦੀ ਤਸ ਅੰਦਰ ਸਾਰੀ। ਤੇ ਉਸਨੇ ਆ ਜਿਹੜੀ ਤੂੰ ਨਾਗਣੀ ਆ ਜਿਹੜਾ ਇੱਦਾਂ ਦੀ ਡੰਡੀ ਹੈਗੀ ਆ ਉਹ ਜਾ ਕੇ ਹਾਥੀ ਦੇ ਮਾਰਤੀ ਤੇ ਉਹ ਸਾਰੇ ਜਿਹੜੇ ਆਪਾਂ ਪੜਿਆ ਸੀ ਨਾ ਵੀ ਉਹਦੇ ਤੇ ਤਵੇ ਲਾਏ ਹੋਏ ਨੇ ਵੱਡੇ ਵੱਡੇ, ਉਹ ਉਹਦੇ ਅੰਦਰ ਜਾ ਕੇ ਧਸ ਗਈ ਯਾਨੀ ਅੰਦਰ ਚਲੀ ਗਈ, ਚੀੜਦੀ ਹੋਈ ਉਹਨਾਂ ਨੂੰ ਇੰਨੀ ਜ਼ੋਰ ਦੀ ਉਹਨੇ ਮਾਰਿਆ ਸੀ ਉਹ। ਅੱਗੇ ਹਾਥੀ ਭਜਿਆ ਚੀਕਦਾ ਥਾਂ ਫਟ ਕਰਾਰਾ, ਤੇ ਇਸ ਦੇਖ ਕੇ ਹਾਥੀ ਜਿਹੜਾ ਹੈ ਉਹ ਚੀਕਦਾ ਚੀਕਦਾ ਭਜਿਆ।
ਥਾਂ ਫੱਟ ਕਰਾਰਾ ਕਹਿਣ ਦਾ ਮਤਲਬ ਫੱਟ ਦਾ ਜ਼ਖਮ ਕਰਾਰਾ ਲੈ ਕੇ, ਕਿਉਂਕਿ ਅੰਦਰ ਤੱਕ ਚੀਰਦੀ ਹੋਈ ਗਈ ਸੀ ਨਾ ਉਹ। ਇੱਕੋ ਵਾਲ ਹੀ ਸਿੰਘ ਦਾ ਕਰ ਗਿਆ ਨਿਤਾਰਾ, ਵੀ ਜਿਹੜਾ ਸਿੰਘ ਹੈਗਾ ਉਹ ਇੱਕੋ ਵਾਰੀ ਉਹਨੂੰ ਖਤਮ ਕਰ ਗਿਆ, ਚੱਕ ਗਿਆ। ਭਜਿਆ ਰਣ ਚੋ ਕੇਸਰੀ ਲਸ਼ਕਰ ਵੀ ਸਾਰਾ, ਤੇ ਰਣ ਯਾਨੀ ਜਿੱਥੇ ਲੜਾਈ ਹੋ ਰਹੀ ਸੀ ਉਸ ਮੈਦਾਨ ਦੇ ਵਿੱਚ ਉਹ ਕੇਸਰੀ ਜਿਹੜਾ ਲਸ਼ਕਰ ਸੀ, ਮਤਲਬ ਉਹ ਫੌਜ ਵੀ ਉੱਥੋਂ ਭੱਜ ਗਈ, ਜਦ ਹਾਥੀ ਦਾ ਇਹ ਹਾਲ ਹੋਇਆ। ਸਿੰਘ ਸ਼ੇਰ ਬਚਿੱਤਰ ਸਿੰਘ ਨੇ ਸੀ ਰੱਖ ਵਿਖਾਈ, ਸਿੰਘ ਬਹਾਦਰ ਹੋਵਦਾ ਇਹ ਅਸਲ ਸੱਚਾਈ, ਸਿੰਘ ਸੂਰਮੇ ਕਦੇ ਨਾ ਰਣ ਪਿੱਠ ਵਿਖਾਈ। ਕਹਿਣ ਦਾ ਮਤਲਬ ਹੈ ਰਣ ਯਾਨੀ ਮੈਦਾਨ ਜਿੱਥੇ ਲੜਾਈ ਹੋ ਰਹੀ ਹੁੰਦੀ ਹੈ, ਵੀ ਜਿਹੜਾ ਸ਼ੇਰ ਬਹਾਦਰ ਸੀ ਠੀਕ ਹੈ ਉਹਨੇ ਅਸਲ ਦੇ ਵਿੱਚ ਸੱਚਾਈ ਦਿਖਾਈ, ਵੀ ਮੈਂ ਕੱਲਾ ਹੀ ਬਥੇਰਾ ਹੈਗਾ, ਤੇ ਜਿਹੜੇ ਸਿੰਘ ਸੂਰਮੇ ਹੈਗੇ ਨੇ ਉਹ ਕਦੇ ਵੀ ਲੜਾਈ ਦੇ ਮੈਦਾਨ ਚੋਂ ਪਿੱਠ ਕੱਢ ਕੇ ਵਾਪਸ ਨਹੀਂ ਆਏ, ਠੀਕ ਹੈ, ਹਮੇਸ਼ਾ ਸਾਹਮਣਾ ਕੀਤਾ ਹੈ ਮੁਸ਼ਕਲਾਂ ਦਾ। ਤੇ ਇਹ ਸੀਗੀ ਕਵਿਤਾ, ਤੇ ਹੁਣ ਆਪਾਂ ਚਰਚਾ ਕਰਦੇ ਹਾਂ ਇਸ ਪਾਠ ਦੇ ਅਭਿਆਸ ਬਾਰੇ। ਤੇ ਪਾਠ ਅਭਿਆਸ ਪਹਿਲਾ ਪ੍ਰਸ਼ਨ ਹੈਗਾ, ਊੜਾ ਦਸਮ ਪਿਤਾ ਦੇ ਦੁਆਲੇ ਬੈਠੀ ਸੰਗਤ ਕਿਵੇਂ ਲੱਗ ਰਹੀ ਸੀ? ਉੱਤਰ, ਦਸਮ ਪਿਤਾ ਦੇ ਦੁਆਲੇ ਬੈਠੀ ਸੰਗਤ ਇਸ ਤਰ੍ਹਾਂ ਸ਼ੋਭ ਰਹੀ ਸੀ ਜਿਵੇਂ ਰਾਤ ਨੂੰ ਚੰਦ ਦੁਆਲੇ ਤਾਰੇ ਸ਼ੋਭ ਰਹੇ ਹੁੰਦੇ ਹਨ। ਐੜਾ, ਸੂਈਏ ਨੇ ਪਹਾੜੀ ਰਾਜਿਆਂ ਦੇ ਪਕਾਏ ਮਤੇ ਬਾਰੇ ਕੀ ਆ ਕੇ ਦੱਸਿਆ? ਉੱਤਰ, ਸੂਈਏ ਨੇ ਦਸਮ ਪਿਤਾ ਨੂੰ ਦੱਸਿਆ ਕਿ ਪਹਾੜੀ ਰਾਜਿਆਂ ਨੇ ਲੋਹਗੜ੍ਹ ਦੇ ਕਿਲੇ ਨੂੰ ਢਾਉਣ ਦਾ ਮਤਾ ਪਕਾਇਆ ਹੈ। ਇਸ ਮੰਤਵ ਲਈ ਜਸਵਾਲੀਏ ਰਾਜੇ ਕੇਸਰੀ ਚੰਦ ਨੇ ਇੱਕ ਹਾਥੀ ਮੰਗਵਾਇਆ ਹੈ। ਉਸਦੇ ਸਿਰ ਉੱਤੇ ਦੋ ਲੋਹੇ ਦੇ ਤਵੇ ਬੀ ਦੋ ਲੋ ਤਵੇ ਬੀੜੇ ਹਨ, ਤੇ ਉਸਦੀ ਸੁੰਡ ਨਾਲ ਇੱਕ ਦੋ ਧਾਰੀ ਤਲਵਾਰ ਬੰਨੀ ਗਈ ਹੈ। ਉਸਨੂੰ ਮਸਤ ਕਰਨ ਲਈ ਸ਼ਰਾਬ ਪਿਲਾਈ ਗਈ ਹੈ, ਅਤੇ ਕੱਲ ਨੂੰ ਉਹਨਾਂ ਉਸਨੂੰ ਲੋਹਗੜ੍ਹ ਦੇ ਕਿਲੇ ਵੱਲ ਭੇਜਣਾ ਹੈ। ਈੜੀ, ਸੁਹੀਏ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਕੀ ਕਿਹਾ? ਉੱਤਰ, ਗੁਰੂ ਜੀ ਸੁਹੀਏ ਦੀ ਵਾਰਤਾ ਸੁਣ ਕੇ ਮੁਸਕੁਰਾਏ ਤੇ ਕਹਿਣ ਲੱਗੇ ਕਿ ਅਮਸਤਿਆ ਹਾਥੀ ਹਮਲੇ ਲਈ ਆਉਂਦਾ ਹੈ ਤਾਂ ਬੇਸ਼ੱਕ ਆ ਜਾਵੇ। ਉਹਨਾਂ ਦੁਨੀ ਚੰਦ ਨੂੰ ਉਸਦਾ ਮੁਕਾਬਲਾ ਕਰਨ ਲਈ ਕਿਹਾ। ਸੱਸਾ, ਦੁਨੀ ਚੰਦ ਬਾਰੇ ਸਿੱਖ ਨੇ ਗੁਰੂ ਜੀ ਨੂੰ ਕੀ ਦੱਸਿਆ? ਉੱਤਰ, ਸਿੱਖ ਨੇ ਤੜਕੇ ਆ ਕੇ ਗੁਰੂ ਜੀ ਨੇ ਦੱਸਿਆ ਕਿ ਦੁਨੀ ਚੰਦ ਉਸ ਦਿਨ ਰਾਤੀ ਕੰਧ ਟੱਪ ਕੇ ਦੌੜ ਗਿਆ ਹੈ। ਕੰਧ ਟੱਪਦਿਆਂ ਉਸਦੀ ਟੰਗ ਟੁੱਟ ਗਈ ਸੀ ਤੇ ਫਿਰ ਉਹ ਸੱਪ ਲੜ ਕੇ ਮਰ ਗਿਆ। ਹਾਹਾ, ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਕੀ ਕਿਹਾ? ਉੱਤਰ, ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਦੁੱਲਾ ਸ਼ੇਰ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਹਾਥੀ ਉਸਦਾ ਮੁਕਾਬਲਾ ਨਹੀਂ ਕਰ ਸਕਦਾ, 10 ਹਾਥੀ ਵੀ ਹੋਣ ਤਾਂ ਉਹ ਉਹਨਾਂ ਦਾ ਮੁਕਾਬਲਾ ਕਰਨ ਲਈ ਇਕੱਲਾ ਸ਼ੇਰ ਹੀ ਕਾਫੀ ਹੈ। ਕੱਕਾ, ਬਚਿੱਤਰ ਸਿੰਘ ਨੇ ਰਾਜਾ ਕੇਸਰੀ ਅਤੇ ਉਸਦੇ ਲਸ਼ਕਰ ਨੂੰ ਰਣ ਵਿੱਚ ਕਿਵੇਂ ਭਜਾਇਆ? ਉੱਤਰ, ਬਚਿੱਤਰ ਸਿੰਘ ਨੇ ਜਦੋਂ ਮਸਤ ਹਾਥੀ ਦੇ ਸਿਰ ਵਿੱਚ ਨਾਗੜੀ ਮਾਰੀ ਤਾਂ ਉਹ ਉਸਦੇ ਸਿਰ ਉੱਪਰ ਬੀੜੇ ਲੋ ਤਵੇ ਚੀਰ ਕੇ ਅੰਦਰ ਦੱਸ ਗਈ। ਕਰਾਰਾ ਜ਼ਖਮ ਖਾ ਕੇ ਚੀਕਦਾ ਹੋਇਆ ਹਾਥੀ ਪਿੱਛੇ ਦੌੜ ਪਿਆ। ਉਸਨੂੰ ਦੇਖ ਕੇ ਉਸਦੇ ਪਿੱਛੇ ਲੱਗੀ ਰਾਜੇ ਕੇਸਰੀ ਦੀ ਫੌਜ ਵੀ ਦੌੜ ਪਈ। ਇਸ ਤਰ੍ਹਾਂ ਬਚਿੱਤਰ ਸਿੰਘ ਨੇ ਰਾਜਾ ਕੇਸਰੀ ਅਤੇ ਉਸਦੇ ਲਸ਼ਕਰ ਨੂੰ ਭਜਾਇਆ। ਅੱਗੇ ਔਖੇ ਸ਼ਬਦਾਂ ਦੇ ਅਰਥ ਸੋਭਦੇ ਯਾਨੀ ਸੋਹਣੇ ਲੱਗਦੇ, ਜੱਚਦੇ, ਫਰਮਾਇਆ ਹੁਕਮ ਦਿੱਤਾ ਜਾਂ ਆਖਿਆ। ਲੋ ਤਵੇ, ਲੋਹੇ ਦੇ ਬਣੇ ਭਾਰੀ ਤਵੇ। ਸੁਰਾ ਸ਼ਰਾਬ,
ਢਾਈ ਚੜ੍ਹਾਈ, ਵਾਰਤਾ ਕਹਾਣੀ, ਮੁਸਕਾਏ ਮੁਸਕੁਰਾਈਆ, ਹੋਸੇ, ਜੇਰਾ ਹਿੰਮਤ ਹੌਸਲਾ ਜਾਂ ਧੀਰਜ, ਬਿਸ਼ਕੇਰੀ ਹਾਲਾਸ਼ੇਰੀ ਦੇ ਕੇ ਮਗਰ ਪਾਉਣਾ, ਮੂੰਹ ਦੀ ਆਵਾਜ਼ ਨਾਲ ਡਰਾਉਣਾ, ਪਲਕਾਰੀ ਤਾਕਤਵਰ, ਲਸ਼ਕਰ ਫੌਜ, ਰਣ ਮੈਦਾਨ। ਅੱਗੇ ਹੇਠ ਲਿਖੇ ਮੁਹਾਵਰਿਆਂ ਵਿੱਚ ਵਾਕਾਂ ਵਿੱਚ ਵਰਤੋ, ਜਿਵੇਂ ਮੱਤਾ ਪਕਾਉਣਾ, ਹਾਰਨ ਹੋਣਾ, ਚੜ੍ਹਾਈ ਕਰਨਾ, ਨਿਤਾਰਾ ਕਰਨਾ, ਰੱਖ ਵਿਖਾਉਣਾ, ਪਿੱਠ ਵਿਖਾਉਣਾ। ਪਹਿਲਾ ਹੈਗਾ ਮੱਤਾ ਪਕਾਉਣਾ, ਇਕੱਠੇ ਬੈਠ ਕੇ ਸਲਾਹ ਬਣਾਉਣੀ, ਪਹਾੜੀ ਰਾਜਿਆਂ ਨੇ ਮਿਲ ਕੇ ਲੋਹਗੜ੍ਹ ਦੇ ਕਿਲੇ ਉੱਤੇ ਹਮਲਾ ਕਰਨ ਦਾ ਮੱਤਾ ਪਕਾਇਆ, ਹਾਰਨ ਹੋਣਾ, ਦੌੜ ਜਾਣਾ, ਸਿੱਖ ਫੌਜਾਂ ਦੇ ਹਮਲੇ ਦੀ ਤਾਬ ਨਾ ਸਹਿੰਦਿਆਂ ਮੁਗਲ ਫੌਜ ਮੈਦਾਨ ਵਿੱਚੋਂ ਹਾਰਨ ਹੋ ਗਈਆਂ, ਚੜ੍ਹਾਈ ਕਰਨਾ, ਹਮਲਾ ਕਰਨਾ, ਸਿੱਖ ਫੌਜਾਂ ਨੇ ਅੰਗਰੇਜ਼ੀ ਫੌਜਾਂ ਦਾ ਮੁਕਾਬਲਾ ਕਰਨ ਲਈ ਚੜ੍ਹਾਈ ਕਰ ਦਿੱਤੀ, ਨਿਤਾਰਾ ਕਰਨਾ, ਸੱਚ ਝੂਠ ਜਾਂ ਅਸਲ ਨਕਲ ਦਾ ਨਿਤਾਰਾ ਕਰਨਾ, ਤੁਹਾਨੂੰ ਦੋਹਾਂ ਧਿਰਾਂ ਦੀ ਗੱਲ ਸੁਣ ਕੇ ਸੱਚ ਝੂਠ ਦਾ ਨਿਤਾਰਾ ਕਰਨਾ ਚਾਹੀਦਾ ਹੈ, ਰੱਖ ਵਿਖਾਉਣਾ, ਇੱਜ਼ਤ ਰੱਖਣੀ। ਬਚਿੱਤਰ ਸਿੰਘ ਨੇ ਇਕੱਲਿਆਂ ਹੀ ਮਸਤ ਹਾਥੀ ਦਾ ਮੁਕਾਬਲਾ ਕਰਕੇ ਗੁਰਸਿੱਖਾਂ ਦੀ ਰੱਖ ਵਿਖਾਈ, ਪਿੱਠ ਵਿਖਾਉਣੀ, ਲੜਾਈ ਵਿੱਚੋਂ ਦੌੜਨਾ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਹੋਰਨਾਂ ਗੱਦਾਰ ਸਿੱਖ ਸਰਦਾਰਾਂ ਵਾਂਗ ਪਿੱਠ ਨਾ ਵਿਖਾਈ। ਤੇ ਸੀ ਕਿ ਅੱਜ ਦੀ ਕਲਾਸ, ਉਮੀਦ ਕਰਦੀ ਇਸ ਪਾਠ ਦੇ ਪ੍ਰਸ਼ਨ ਉੱਤਰ ਸਾਰਿਆਂ ਨੂੰ ਸਮਝ ਆ ਗਏ ਹੋਣਗੇ, ਸਮਰੀ ਵੀ। ਜੇ ਵੀਡੀਓ ਵਧੀਆ ਲੱਗੀ ਤਾਂ ਤੁਹਾਨੂੰ ਪਤਾ ਹੈ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।